ਗੌੜੀ ਸੁਖਮਨੀ ਮਹਿਲਾ ਪੰਜਵਾ ਗੌੜੀ ਰਗ ਹੈ ਸੁਖਮਨੀ ਪਾਵਨ ਬਾਣੀ ਦਾ ਨਾਮ ਹੈ ਮਹਿਲਾ ਪੰਜਵਾ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੀ ਉਚਾਰਨ ਕੀਤੀ ਹੋਈ ਹੈ ਸ਼ਲੋਕ ਇੱਕ ਊੰਕਾਰ ਸਤਿ ਗੁਰ ਪ੍ਰਸਾਦ ਪਰਮੇਸ਼ਰ ਇੱਕ ਹੈ ਤੇ ਉਹ ਪਰਮੇਸ਼ਰ ਇੱਕ ਰਸ ਵਿਆਪਕ ਹੈ ਸਤ ਦਾ ਮਤਲਬ ਸਦੀਵੀ ਹੈ ਗੁਰਪ੍ਰਸਾਦ ਗੁਰੂ ਦੀ ਕਿਰਪਾ ਦੇ ਨਾਲ ਇਹੋ ਜਿਹਾ ਪਰਮੇਸ਼ਰ ਪ੍ਰਾਪਤ ਹੁੰਦਾ ਹੈ ਆਦ ਗੁਰੈ ਨਮਹ ਮੇਰੀ ਉਸ ਤੋਂ ਮੇਰੀ ਉਸ ਸਭ ਤੋਂ ਵੱਡੇ ਅਕਾਲ ਪੁਰਖ ਨੂੰ ਨਮਸਕਾਰ ਹੈ ਜੋ ਸਭ ਦਾ ਮੁੰਡ ਹੈ ਜੁਗਾਦ ਗੁਰੈ ਨਮਹ ਜੋ ਜੁਗਾਂ ਦੇ ਮੁੰਢ ਤੋਂ ਹੈ ਸਤ ਗੁਰੈ ਨਮਹਾ ਸਤ ਗੁਰ ਨੂੰ ਮੇਰੀ ਨਮਸਕਾਰ ਹੈ ਸ੍ਰੀ ਗੁਰਦੇਵੈ ਨਮਹਾ ਸ੍ਰੀ ਗੁਰਦੇਵ ਜੀ ਨੂੰ ਵੀ ਮੇਰੀ ਨਮਸਕਾਰ ਹੈ ਅਸ਼ਟ ਪਦੀ 8 ਪਦਿਆਂ ਵਾਲੀ ਇਹ ਪਾਵਨ ਬਾਣੀ ਹੈ ਸਿਮਰੋ ਸਿਮਰ ਸਿਮਰ ਸੁਖ ਪਾਵੋ ਮੈਂ ਅਕਾਲ ਪੁਰਖ ਦਾ ਨਾਮ ਸਿਮਰਾ ਤੇ ਸਿਮਰ ਸਿਮਰ ਕੇ ਸੁਖ ਹਾਸਲ ਕਰਾਂ ਕਲ ਕਲੇਸ਼ ਤਨ ਮਹੀਂ ਮਿਟਾਵੂੰ ਸਰੀਰ ਵਿੱਚ ਜੋ ਦੁੱਖ ਬਿਆਧ ਹਨ ਇਹਨਾਂ ਨੂੰ ਮਟਾ ਲਵਾਂ ਸਿਮਰੋਂ ਜਾਸ ਬਿਸੰਬਰ ਏਕੈ ਜਿਸ ਇੱਕ ਜਗਤ ਪਾਲਕ ਹਰੀ ਦਾ ਨਾਮ ਅਨੇਕਾਂ ਤੇ ਅਣਗਿਣਤ ਜੀਵ ਜਪਦੇ ਹਨ ਨਾਮ ਜਪਤ ਅਗਣਤ ਅਨੇਕੈ ਹਰੀ ਦਾ ਨਾਮ ਅਨੇਕਾਂ ਤੇ ਅਣਗਿਣਤ ਜੀਵ ਜਪਦੇ ਹਨ ਮੈਂ ਉਸ ਨੂੰ ਸਿਮਰਾਂ 베ਦ ਪੁਰਾਣ ਸਿਮਰਤ ਸੋਧਖਯਰ 베ਦਾਂ ਪੁਰਾਨਾਂ ਤੇ ਸਿਮਰਤੀਆਂ ਨੇ ਇੱਕ ਅਕਾਲ ਪੁਰਖ ਦੇ ਨਾਮ ਨੂੰ ਹੀ ਸਭ ਤੋਂ ਪਵਿੱਤਰ ਮੰਨਿਆ ਹੈ ਕੀਨੇ ਰਾਮ ਨਾਮ ਇੱਕ ਆਖਿਰ ਇਕ ਆਕਾਲਪੁਰਖ ਦੇ ਨਾਮ ਨੂੰ ਹੀ ਸਭ ਤੋਂ ਪਵਿੱਤਰ ਮੰਨਿਆ ਹੈ ਕਿਨ ਕਾ ਏਕ ਜਿਸ ਜੀਵ ਸਾਵੈ ਜਿਸ ਮਨੁੱਖ ਦੇ ਵਿੱਚ ਅਕਾਲਪੁਰਖ ਆਪਣਾ ਨਾਮ ਥੋੜਾ ਜਿਹਾ ਵੀ ਬਸਾਉਂਦਾ ਹੈ ਤਾਂ ਕਿ ਮਹਿਮਾ ਗਣੀ ਨਾ ਆਵੇ ਉਸ ਦੀ ਵਡਿਆਈ ਬਿਆਨ ਨਹੀਂ ਹੋ ਸਕਦੀ ਕਾਖੀ ਏਕੈ ਦਰਸ ਤੋਹਾਰੂ ਹੀ ਆਕਾਲ ਪੁਰਖ ਜੋ ਮਨੁੱਖ ਤੇਰੇ ਦੀਦਾਰ ਦੇ ਚਾਹਵਾਨ ਹਨ ਨਾਨਕ ਉਨ ਸੰਗ ਮੁਹੇ ਉਦਾਰੋ ਉਹਨਾਂ ਦੀ ਸੰਗਤ ਵਿੱਚ ਰੱਖ ਕੇ ਮੈਨੂੰ ਨਾਨਕ ਨੂੰ ਸੰਸਾਰ ਸਾਗਰ ਤੋਂ ਬਚਾ ਲਵੋ ਉਦਾਰ ਕਰ ਦੇਵੋ ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਪ੍ਰਭੂ ਦਾ ਅਮਰ ਕਰਨ ਵਾਲਾ ਤੇ ਸੁਖਦਾਈ ਨਾਮ ਸਭ ਸੁੱਖਾਂ ਦੀ ਮਣੀ ਹੈ ਭਗਤ ਜਨਾ ਕੈ ਮਨ ਬਿਸ਼ਰਾਮ ਰਹਾਉ ਇਸ ਦਾ ਟਿਕਾਣਾ ਭਗਤਾਂ ਦੇ ਹਿਰਦੇ ਵਿੱਚ ਹੈ ਇਸ ਪਾਵਨ ਪਦੇ ਦੇ ਵਿੱਚ ਜੋ ਰਹਾਉ ਤੋਂ ਪਹਿਲੀਆਂ ਦੋ ਤੁਕਾਂ ਹਨ ਇਸ ਦੇ ਵਿੱਚ ਸਤਿਗੁਰ ਮਹਾਰਾਜ ਜੀ ਨੇ ਸੁਖਮਨੀ ਸਾਹਿਬ ਜੀ ਦੇ ਕੇਂਦਰੀ ਭਾਵ ਨੂੰ ਅੰਕਿਤ ਕੀਤਾ ਹੈ ਪ੍ਰਭ ਕੈ ਸਿਮਰਨ ਗਰਬ ਨਾਉ ਵਸੈ ਪ੍ਰਭੂ ਦਾ ਸਿਮਰਨ ਕਰਨ ਵਾਲਾ ਜੀਵ ਜਨਮ ਵਿੱਚ ਨਹੀਂ ਆਉਂਦਾ ਪ੍ਰਭ ਕਹਿ ਸਿਮਰਨ ਦੁਖ ਜਮ ਨਸੈ ਜੀਵ ਦਾ ਦੁਖ ਤੇ ਜਮ ਦਾ ਡਰ ਦੂਰ ਹੋ ਜਾਂਦਾ ਹੈ ਪ੍ਰਭ ਕਹਿ ਸਿਮਰਨ ਕਾਲ ਪਰਹਰੈ ਮੌਤ ਦਾ ਭਉ ਪਰੇ ਹਟ ਜਾਂਦਾ ਹੈ ਪ੍ਰਭ ਕਹਿ ਸਿਮਰਨ ਦੁਸ਼ਮਨ ਤਰੈ ਵਿਕਾਰ ਰੂਪੀ ਦੁਸ਼ਮਣ ਟਲ ਜਾਂਦਾ ਹੈ ਪ੍ਰਭ ਸਿਮਰਤ ਕਛ ਬਿਗ ਨਾ ਲਾਗੇ ਪ੍ਰਭੂ ਨੂੰ ਸਿਮਰਿਆ ਜਿੰਦਗੀ ਦੇ ਰਾਹ ਵਿੱਚ ਕੋਈ ਰੁਕਾਵਟ ਨਹੀਂ ਪੈਂਦੀ ਪ੍ਰਭ ਕਹਿ ਸਿਮਰਨ ਅਨ ਦਿਨ ਜਾਗੇ ਕਿਉਂਕਿ ਪ੍ਰਭੂ ਦਾ ਸਿਮਰਨ ਕਰਨ ਨਾਲ ਮਨੁੱਖ ਹਰ ਬਿਲੀ ਵਿਕਾਰਾਂ ਵੱਲੋਂ ਸੁਚੇਤ ਰਹਿੰਦਾ ਹੈ ਪ੍ਰਭ ਕਹਿ ਸਿਮਰਨ ਭਉ ਨ ਬਿਆਪੈ ਪ੍ਰਭੂ ਦਾ ਸਿਮਰਨ ਕਰਨ ਨਾਲ ਕੋਈ ਜੀਵ ਉੱਤੇ ਡਰ ਜਿਹੜਾ ਹੈ ਉਹ ਡਰ ਦਬਾਉ ਨਹੀਂ ਪਾ ਸਕਦਾ ਪ੍ਰਭ ਕੈ ਸਿਮਰਨ ਦੁੱਖ ਨਾ ਸੰਤਾਪੈ ਕੋਈ ਦੁੱਖ ਬਿਆਕਲ ਨਹੀਂ ਕਰ ਸਕਦਾ ਪ੍ਰਭ ਕਾ ਸਿਮਰਨ ਸਾਧਕੈ ਸੰਗ ਅਕਾਲ ਪੁਰਖ ਦਾ ਸਿਮਰਨ ਗੁਰਮੁਖ ਦੀ ਸੰਗਤ ਵਿੱਚ ਮਿਲਦਾ ਹੈ ਸਰਬ ਨਿਧਾਨ ਨਾਨਕ ਹਰ ਰੰਗ ਏ ਨਾਨਕ ਅਕਾਲ ਪੁਰਖ ਦੇ ਪਿਆਰ ਵਿੱਚ ਹੀ ਦੁਨੀਆਂ ਦੇ ਸਾਰੇ ਖਜ਼ਾਨੇ ਪ੍ਰਤੀਤ ਹੁੰਦੇ ਨੇ ਨਿਧਾਨ ਦਾ ਮਤਲਬ ਹੁੰਦਾ ਖਜ਼ਾਨਾ ਪ੍ਰਭ ਕੈ ਸਿਮਰਨ ਰਿੱਧ ਸਿੱਧ ਨੌ ਨਿਧ ਪ੍ਰਭੂ ਦੇ ਸਿਮਰਨ ਵਿੱਚ ਹੀ ਸਾਰੀਆਂ ਰਿੱਧੀਆਂ ਸਿੱਧੀਆਂ ਤੇ ਨੌ ਖਜ਼ਾਨੇ ਹਨ ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ ਪ੍ਰਭ ਸਿਮਰਣ ਵਿੱਚ ਹੀ ਗਿਆਨ ਸੁਰਤ ਦਾ ਟਿਕਾਉ ਤੇ ਜਗਤ ਦੇ ਮੂਲ ਹਰੀ ਦੀ ਸਮਝ ਵਾਲੀ ਬੁੱਧੀ ਹੈ ਪ੍ਰਭ ਕਹਿ ਸਿਮਰਣ ਜਪ ਤਪ ਪੂਜਾ ਪ੍ਰਭੂ ਦੇ ਸਿਮਰਣ ਵਿੱਚ ਹੀ ਸਾਰੇ ਜਾਪ ਤਾਪ ਤੇ ਦੇਵ ਪੂਜਾ ਹਨ ਪ੍ਰਭ ਕਹਿ ਸਿਮਰਣ ਬਿਨ ਸੈ ਦੂਜਾ ਸਿਮਰਣ ਕਰਨ ਨਾਲ ਪ੍ਰਭੂ ਤੋਂ ਬਿਨਾ ਕਿਸੇ ਹੋਰ ਉਸ ਹਸ ਵਰਗੀ ਹਸਤੀ ਦੀ ਹੋਂਦ ਦਾ ਖਿਆਲ ਹੀ ਦੂਰ ਹੋ ਜਾਂਦਾ ਹੈ ਪ੍ਰਭ ਕਹੈ ਸਿਮਰਨ ਤੀਰਥ ਇਸ਼ਨਾਨੀ ਸਿਮਰਨ ਕਰਨ ਵਾਲਾ ਆਤਮਕ ਤੀਰਥ ਦਾ ਇਸ਼ਨਾਨ ਕਰਨ ਵਾਲਾ ਹੋ ਜਾਈਦਾ ਹੈ ਪ੍ਰਭ ਕਹੈ ਸਿਮਰਨ ਦਰਗਾ ਮਾਨੀ ਦਰਗਾ ਵਿੱਚ ਇੱਜ਼ਤ ਮਿਲਦੀ ਹੈ ਪ੍ਰਭ ਕਹੈ ਸਿਮਰਨ ਹੋਏ ਸੋ ਭਲਾ ਪ੍ਰਭੂ ਦੇ ਸਿਮਰਨ ਕਰਨ ਦੇ ਨਾਲ ਜਗਤ ਵਿੱਚ ਜੋ ਹੋ ਰਿਹਾ ਹੈ ਭਲਾ ਪ੍ਰਤੀਤ ਹੁੰਦਾ ਹੈ ਪਰਬ ਕੈ ਸਿਮਰਨ ਸੂ ਫਲ ਫਲਾ ਮਨੁਖ ਜਨਮ ਦਾ ਉੱਚਾ ਮਨੂਰਥ ਸਿੱਧ ਹੋ ਜਾਂਦਾ ਹੈ ਸੇ ਸਿਮਰੇ ਜਿਨ ਆਪ ਸਿਮਰਾਈ ਨਾਮ ਉਹੀ ਸਿਮਰਦੇ ਹਨ ਜਿਨ੍ਹਾਂ ਨੂੰ ਪ੍ਰਭੂ ਆਪ ਪ੍ਰੇਰਦਾ ਹੈ ਨਾਨਕ ਤਾਕੈ ਲਾਗੂ ਪਾਈ ਹੇ ਨਾਨਕ ਮੈਂ ਉਹਨਾਂ ਸਿਮਰਨ ਕਰਨ ਵਾਲਿਆਂ ਦੀ ਪਿਆਰੀ ਲੱਗਾ ਪਰਬਕ ਦਾ ਸਿਮਰਨ ਸਭ ਤੇ ਊਚਾ ਪ੍ਰਭੂ ਦਾ ਸਿਮਰਨ ਕਰਨਾ ਹੋਰ ਸਾਰੇ ਕੰਮਾਂ ਨਾਲੋਂ ਚੰਗਾ ਹੈ ਸਭ ਤੋਂ ਊਚਾ ਹੈ ਪ੍ਰਭ ਕੈ ਸਿਮਰਨ ਉਧਰੈ ਮੂਚਾ ਪ੍ਰਭੂ ਦਾ ਸਿਮਰਨ ਕਰਨ ਨਾਲ ਬਹੁਤ ਸਾਰੇ ਜੀਵ ਵਿਕਾਰਾਂ ਤੋਂ ਬਚ ਜਾਂਦੇ ਹਨ ਪ੍ਰਭ ਕੈ ਸਿਮਰਨ ਤਿਰਸ਼ਨਾ ਬੂਝੈ ਪ੍ਰਭੂ ਦਾ ਸਿਮਰਨ ਕਰਨ ਨਾਲ ਵਿਕਾਰਾਂ ਦੀ ਤਰ੍ਹਾਂ ਮਿਟ ਜਾਂਦੀ ਹੈ ਪ੍ਰਭ ਕਹਿ ਸਿਮਰਨ ਸਭ ਕਿਸ ਸੂਝੈ ਕਿਉਂਕਿ ਮਾਇਆ ਦੇ ਹਰੇਕ ਕੇਲ ਦੀ ਸਮਝ ਪੈ ਜਾਂਦੀ ਹੈ ਪ੍ਰਭ ਕਹਿ ਸਿਮਰਨ ਨਾਹੀ ਜਮ ਤਰਾਸਾ ਪ੍ਰਭੂ ਦਾ ਸਿਮਰਨ ਕਰਨ ਨਾਲ ਜਮਾਂ ਦਾ ਡਰ ਮੁੱਕ ਜਾਂਦਾ ਹੈ ਪ੍ਰਭ ਕਹਿ ਸਿਮਰਨ ਪੂਰਨ ਆਸਾ ਜੀਵ ਦੀ ਆਸ ਪੂਰਨ ਹੋ ਜਾਂਦੀ ਹੈ ਭਾਵ ਆਸਾ ਵੱਲੂ ਮਨ ਰੱਜ ਜਾਂਦਾ ਹੈ ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ ਪ੍ਰਭੂ ਦਾ ਸਿਮਰਨ ਕੀਤਿਆਂ ਮਨ ਦੀ ਵਿਕਾਰਾਂ ਦੀ ਮੈਲ ਦੂਰ ਹੋ ਜਾਂਦੀ ਹੈ ਅੰਮ੍ਰਿਤ ਨਾਮ ਰਿ ਮਾਹੀ ਸਮਾਏ ਮਨੁੱਖ ਦੇ ਹਿਰਦੇ ਵਿੱਚ ਪ੍ਰਭੂ ਦਾ ਅਮਰ ਕਰਨ ਵਾਲਾ ਨਾਮ ਟਿਕ ਜਾਂਦਾ ਹੈ ਸਮਾ ਜਾਂਦਾ ਹੈ ਪ੍ਰਭ ਜੀ ਵਸੈ ਸਾਧ ਕੀ ਰਸਨਾ ਪ੍ਰਭੂ ਜੀ ਗੁਰਮੁਖ ਮਨੁੱਖਾ ਦੀ ਜੀਵ ਉੱਤੇ ਵਸਦੇ ਹਨ ਭਾਵ ਸਾਧ ਜਨ ਸਦਾ ਪ੍ਰਭੂ ਨੂੰ ਸਿਮਰਦੇ ਰਹਿੰਦੇ ਹਨ ਨਾਨਕ ਜਨਕਾ ਦਾਸਨ ਦਸਨਾ ਏ ਨਾਨਕ ਮੈਂ ਗੁਰਮੁਖਾਂ ਦੇ ਸੇਵਕਾਂ ਦਾ ਸੇਵਕ ਬਣਾ ਪ੍ਰਭ ਕੋ ਸਿਮਰੈ ਸੇ ਧਨਵੰਤੇ ਜੋ ਮਨੁੱਖ ਪ੍ਰਭੂ ਨੂੰ ਸਿਮਰਦੇ ਹਨ ਉਹ ਤਨਾੜ ਹਨ ਪ੍ਰਭੂ ਕੋ ਸਿਮਰੈ ਸੇ ਪਤਵੰਤੇ ਪ੍ਰਭੂ ਨੂੰ ਸਿਮਰਨ ਕਰਨ ਵਾਲੇ ਇੱਜ਼ਤ ਵਾਲੇ ਬਣ ਜਾਂਦੇ ਨੇ ਪਤਵੰਤੇ ਬਣ ਜਾਂਦੇ ਨੇ ਪ੍ਰਭੂ ਕੋ ਸਿਮਰੈ ਸੇ ਜਨ ਪਰਵਾਨ ਜੋ ਮਨੁੱਖ ਪ੍ਰਭੂ ਨੂੰ ਸਿਮਰਦੇ ਹਨ ਉਹ ਮੰਨੇ ਪਰਮੰਨੇ ਹੋਏ ਹਨ ਭਾਅ ਪਰਵਾਨ ਹੋ ਜਾਂਦੇ ਹਨ ਪ੍ਰਭੂ ਕੋ ਸਿਮਰੈ ਸੇ ਪੁਰਖ ਪ੍ਰਧਾਨ ਉਹ ਸਭ ਮਨੁੱਖਾਂ ਤੋਂ ਚੰਗੇ ਹਨ ਪ੍ਰਧਾਨ ਦਾ ਮਤਲਬ ਹੁੰਦਾ ਮੁਖੀ ਪ੍ਰਭੂ ਕੋ ਸਿਮਰੇ ਸੇ ਬਹਿ ਮੋਤਾਜੇ ਜੋ ਮਨੁੱਖ ਪ੍ਰਭੂ ਨੂੰ ਸਿਮਰਦੇ ਹਨ ਉਹ ਕਿਸੇ ਦੇ ਮੋਤਾਜ ਨਹੀਂ ਹਨ ਪ੍ਰਭੂ ਕੋ ਸਿਮਰੇ ਸੇ ਸਰਬ ਕੇ ਰਾਜੇ ਉਹ ਤਾਂ ਸਗੋ ਸਭ ਦੇ ਬਾਦਸ਼ਾਹ ਹਨ ਪ੍ਰਭੂ ਕੋ ਸਿਮਰੇ ਸੇ ਸੁਖ ਵਾਸੀ ਜੋ ਮਨੁੱਖ ਪ੍ਰਭੂ ਨੂੰ ਸਿਮਰਦੇ ਹਨ ਉਹ ਸਦਾ ਹੀ ਸੁਖੀ ਬਸਦੇ ਹਨ ਪ੍ਰਭੂ ਕੋ ਸਿਮਰੇ ਸਦਾ ਅਬਨਾਸੀ ਸਦਾ ਲਈ ਜਨਮ ਮਰਨ ਤੂੰ ਰਹਿਤ ਹੋ ਜਾਂਦੇ ਨੇ ਅਬਨਾਸੀ ਦਾ ਮਤਲਬ ਨਾਸ਼ ਰਹਿਤ ਹੋ ਜਾਣਾ ਸਿਮਰਨ ਤੇ ਲਾਗੇ ਜਿਨ ਆਪ ਦਿਆਲਾ ਪ੍ਰਭੂ ਸਿਮਰਨ ਵਿੱਚ ਉਹੀ ਮਨੁੱਖ ਲੱਗਦੇ ਹਨ ਜਿਨ੍ਹਾਂ ਉੱਤੇ ਪ੍ਰਭੂ ਆਪ ਦਿਆਲ ਹੋ ਜਾਂਦਾ ਹੈ ਮਿਹਰਬਾਨ ਹੋ ਜਾਂਦਾ ਹੈ ਨਾਨਕ ਜਨ ਕੀ ਮੰਗੇ ਰਵਾਲਾ ਏ ਮਨਾਕ ਏ ਨਾਨਕ ਕੋਈ ਵੱਡ ਭਾਗੀ ਇਹਨਾਂ ਗੁਰਮਖਾਂ ਦੀ ਚਰਨ ਧੂੜ ਮੰਗਦਾ ਹੈ ਪ੍ਰਭ ਕੋ ਸਿਮਰੇ ਸੇ ਪਰ ਉਪਕਾਰੀ ਜੋ ਮਨੁੱਖ ਪ੍ਰਭੂ ਨੂੰ ਸਿਮਰਦੇ ਹਨ ਉਹ ਦੂਜਿਆਂ ਨਾਲ ਪਹਲਾਈ ਕਰਨ ਵਾਲੇ ਬਣ ਜਾਂਦੇ ਹਨ ਪਰ ਉਪਕਾਰੀ ਦਾ ਮਤਲਬ ਕਿਸੇ ਤੇ ਉਪਕਾਰ ਕਰਨ ਵਾਲੇ ਪ੍ਰਭ ਕੋ ਸਿਮਰੇ ਤਿਨ ਸਦ ਬਲੇ ਹਾਰੀ ਸਤਗੁਰੂ ਜੀ ਕਹਿੰਦੇ ਨੇ ਉਹਨਾਂ ਤੋਂ ਮੈਂ ਸਦਕੇ ਜਾਂਦਾ ਹਾਂ ਪ੍ਰਭ ਕੋ ਸਿਮਰੈ ਸੇ ਮੁਖ ਸੁਹਾਵੈ ਜੋ ਮਨੁੱਖ ਪ੍ਰਭੂ ਨੂੰ ਸਿਮਰਦੇ ਹਨ ਉਹਨਾਂ ਦੇ ਮੁਖ ਸੋਹਣੇ ਲੱਗਦੇ ਹਨ ਪ੍ਰਭ ਕੋ ਸਿਮਰੈ ਤਿਨ ਸੁਖ ਬਿਹਾਵੈ ਉਹਨਾਂ ਦੀ ਉਮਰ ਸੁਖ ਵਿੱਚ ਗੁਜ਼ਰਦੀ ਹੈ ਪ੍ਰਭ ਕੋ ਸਿਮਰੈ ਤਿਨ ਆਤਮ ਜੀਤਾ ਜੋ ਮਨੁੱਖ ਪ੍ਰਭੂ ਨੂੰ ਸਿਮਰਦੇ ਹਨ ਉਹ ਆਪਣੇ ਆਪ ਨੂੰ ਜਿੱਤ ਲੈਂਦੇ ਹਨ ਪ੍ਰਭ ਕੋ ਸਿਮਰੈ ਤਿਨ ਨਿਰਮਲ ਰੀਤਾ ਪ੍ਰਭੂ ਨੂੰ ਸਿਮਰਨ ਕਰਨ ਵਾਲੇ ਉਨਾ ਦੀ ਜ਼ਿੰਦਗੀ ਗੁਜ਼ਾਰਨ ਦਾ ਤਰੀਕਾ ਪਵਿੱਤਰ ਹੋ ਜਾਂਦਾ ਹੈ ਨਿਰਮਲ ਦਾ ਮਤਲਬ ਹੁੰਦਾ ਪਵਿੱਤਰ ਪ੍ਰਭ ਕੋ ਸਿਮਰੇ ਤਿੰਨ ਆਨੰਦ ਗਨੇਰੇ ਜੋ ਪ੍ਰਭੂ ਨੂੰ ਸਿਮਰਦੇ ਹਨ ਉਹਨਾਂ ਨੂੰ ਖੁਸ਼ੀਆਂ ਹੀ ਖੁਸ਼ੀਆਂ ਮਿਲ ਜਾਂਦੀਆਂ ਹਨ ਪ੍ਰਭ ਕੋ ਸਿਮਰੇ ਵਸੇ ਹਰ ਨੇਰੇ ਜਿਹੜੇ ਪ੍ਰਭੂ ਨੂੰ ਸਿਮਰਦੇ ਹਨ ਉਹ ਪ੍ਰਭੂ ਦੀ ਹਜ਼ੂਰੀ ਵਿੱਚ ਵਸਦੇ ਹਨ ਨੇਰੇ ਦਾ ਮਤਲਬ ਨੇੜੇ ਸੰਤ ਕਿਰਪਾ ਤੇ ਅਨ ਦਿਨ ਜਾਗ ਸੰਤਾਂ ਦੀ ਕਿਰਪਾ ਨਾਲ ਹੀ ਇਹ ਹਰ ਵੇਲੇ ਸਿਮਰਨ ਦੀ ਜਾਗ ਆ ਸਕਦੀ ਹੈ ਨਾਨਕ ਸਿਮਰਨ ਪੂਰੇ ਭਾਗ हे ਨਾਨਕ ਸਿਮਰਨ ਦੀ ਦਾਤ ਵੱਡੀ ਕਿਸਮਤ ਨਾਲ ਮਿਲਦੀ ਹੈ ਪ੍ਰਭ ਕਹਿ ਸਿਮਰਨ ਕਾਰਜ ਪੂਰੇ ਪ੍ਰਭੂ ਦਾ ਸਿਮਰਨ ਕਰਨ ਨਾਲ ਮਨੁੱਖ ਦੇ ਸਾਰੇ ਕੰਮ ਪੂਰੇ ਹੋ ਜਾਂਦੇ ਹਨ ਪ੍ਰਭ ਕੈ ਸਿਮਰਨ ਕਬੂ ਨਾ ਝੂਰੇ ਭਾਵ ਉਹ ਲੋੜਾਂ ਦੇ ਅਧੀਨ ਨਹੀਂ ਰਹਿੰਦੇ ਅਦੇ ਕਦੇ ਚਿੰਤਾ ਦੇ ਵਸ ਨਹੀਂ ਪੈਂਦੇ ਝੂਰੇ ਦਾ ਮਤਲਬ ਚਿੰਤਾ ਪ੍ਰਭ ਕੈ ਸਿਮਰਨ ਹਰ ਗੁਣ ਬਾਨੀ ਪ੍ਰਭੂ ਦਾ ਸਿਮਰਨ ਕਰਨ ਨਾਲ ਮਨੁੱਖ ਅਕਾਲ ਪੁਰਖ ਦੇ ਗੁਣ ਹੀ ਉਚਾਰਦਾ ਹੈ ਪ੍ਰਭ ਕੈ ਸਿਮਰਨ ਸਹਿਜ ਸਮਾਨੀ ਭਾਵ ਉਸ ਨੂੰ ਸਿਫਤ ਸਲਾਹ ਦੀ ਆਦਤ ਪੈ ਜਾਂਦੀ ਹੈ ਅਤੇ ਸਹਿਜ ਅਵਸਥਾ ਵਿੱਚ ਟਿਕਿਆ ਰਹਿੰਦਾ ਹੈ ਪ੍ਰਭ ਕੈ ਸਿਮਰਨ ਨਿਹਚਲ ਆਸਨ ਪ੍ਰਭੂ ਦਾ ਸਿਮਰਨ ਕਰਨ ਨਾਲ ਮਨੁੱਖ ਦਾ ਮਨ ਰੂਪੀ ਆਸਨ ਡੋਲਦਾ ਨਹੀਂ ਪ੍ਰਭ ਕੈ ਸਿਮਰਨ ਕਮਲ ਵਿਗਾਸਨ ਤੇ ਹਿਰਦੇ ਦਾ ਕੌਲ ਫੁੱਲ ਖਿੜਿਆ ਰਹਿੰਦਾ ਹੈ ਪ੍ਰਭ ਕੈ ਸਿਮਰਨ ਅਨਹਦ ਝੁਨਕਾਰ ਪ੍ਰਭੂ ਦਾ ਸਿਮਰਨ ਕਰਨ ਨਾਲ ਮਨੁੱਖ ਦੇ ਅੰਦਰ ਇੱਕ ਅਸ ਸੁੰਗੀਤ ਜਿਹੜਾ ਰਹਿੰਦਾ ਹੈ ਸੁਖ ਪ੍ਰਭ ਸਿਮਰਨ ਕਾ ਅੰਤ ਨਾ ਪਾਰ ਪ੍ਰਭੂ ਦੇ ਸਿਮਰਨ ਤੋਂ ਜੋ ਸੁਖ ਉਪਜਦਾ ਹੈ ਉਹ ਕਦੀ ਮੁੱਕਦਾ ਨਹੀਂ ਸਿਮਰੈ ਸੇ ਜਨ ਜਿਨ ਕਉ ਪ੍ਰਭ ਮਇਆ ਮਇਆ ਦਾ ਮਤਲਬ ਹੁੰਦਾ ਮੇਰ ਕਰਨੀ ਉਹੀ ਮਨੁੱਖ ਪ੍ਰਭੂ ਨੂੰ ਸਿਮਰਦੇ ਹਨ ਜਿਨ੍ਹਾਂ ਉੱਤੇ ਪ੍ਰਭੂ ਦੀ ਮੇਰ ਹੁੰਦੀ ਹੈ ਨਾਨਕ ਤਿੰਨ ਜਨ ਸਰਨੀ ਪਇਆ ਏ ਨਾਨਕ ਕੋਈ ਵਿਭਾਗੀ ਉਹਨਾਂ ਸਿਮਰਨ ਕਰਨ ਵਾਲੇ ਜਿਨ੍ਹਾਂ ਦੀ ਸ਼ਰਣੀ ਪੈਂਦਾ ਹੈ ਹਰ ਸਿਮਰਨ ਕਰ ਭਗਤ ਪ੍ਰਗਟਾਈ ਪ੍ਰਭੂ ਦਾ ਸਿਮਰਨ ਕਰਕੇ ਭਗਤ ਜਗਤ ਵਿੱਚ ਮਸ਼ਹੂਰ ਹੁੰਦੇ ਨੇ ਪ੍ਰਗਟਾਈ ਦਾ ਮਤਲਬ ਪ੍ਰਗਟ ਹੋ ਜਾਂਦੇ ਮਸ਼ਹੂਰ ਹੋ ਜਾਂਦੇ ਹਨ ਹਰ ਸਿਮਰਨ ਲਗ ਬੇਦ ਉਪਾਈ ਸਿਮਰਨ ਵਿੱਚ ਹੀ ਜੁੜ ਕੇ ઋਸ਼ੀਆ ਨੇ 베ਦ ਆਦਿਕ ਧਾਰਮਿਕ ਪੁਸਤਕ ਜਿਹੜੀਆਂ ਸਨ ਉਹ ਰਚੀਆਂ ਹਰ ਸਿਮਰਨ ਭਈ ਸਿੱਧ ਜਤੀ ਦਾਤੇ ਪ੍ਰਭੂ ਦੇ ਸਿਮਰਨ ਦੁਆਰਾ ਹੀ ਮਨੁੱਖ ਸਿੱਧ ਬਣ ਗਏ ਜਤੀ ਬਣ ਗਏ ਦਾਤੇ ਬਣ ਗਏ ਹਰ ਸਿਮਰਨ ਨੀਚ ਚੌਕੁੰਟ ਜਾਤੇ ਸਿਮਰਨ ਦੀ ਬਰਕਤ ਨਾਲ ਨੀਚ ਮਨੁੱਖ ਸਾਰੇ ਸੰਸਾਰ ਵਿੱਚ ਪ੍ਰਗਟ ਹੋ ਗਏ ਹਰ ਸਿਮਰਨ ਧਾਰੀ ਸਭ ਧਰਨ ਪ੍ਰਭੂ ਦੇ ਸਿਮਰਨ ਨੇ ਸਾਰੀ ਧਰਤੀ ਨੂੰ ਆਸਰਾ ਦਿੱਤਾ ਹੋਇਆ ਹੈ ਸਿਮਰ ਸਿਮਰ ਹਰ ਕਾਰਨ ਕਰਨਾ ਜਗਤ ਦੇ ਕਰਤਾ ਪ੍ਰਭੂ ਨੂੰ ਸਦਾ ਸਿਮਰ ਹਰ ਸਿਮਰਨ ਕੀਓ ਸਗਲ ਆਕਾਰਾ ਪ੍ਰਭੂ ਨੇ ਸਿਮਰਨ ਵਾਸਤੇ ਸਾਰਾ ਜਗਤ ਬਣਾਇਆ ਹੈ ਹਰ ਸਿਮਰਨ ਮੈਂ ਆਪ ਨਿਰੰਕਾਰਾ ਜਿੱਥੇ ਸਿਮਰਨ ਹੈ ਉੱਥੇ ਨਿਰੰਕਾਰ ਆਪ ਵੱਸਦਾ ਹੈ ਕਰ ਕਿਰਪਾ ਜਿਸ ਆਪ 부ਝਾਇਆ 부ਝਾਇਆ ਦਾ ਮਤਲਬ ਸਮਝ ਮਿਹਰ ਕਰਕੇ ਜਿਸ ਮਨੁੱਖ ਨੂੰ ਸਿਮਰਨ ਦੀ ਸਮਝ ਦਿੰਦਾ ਹੈ ਨਾਨਕ ਗੁਰਮਖ ਹਰ ਸਿਮਰਨ ਤਿਨ ਪਾਇਆ ਏ ਨਾਨਕ ਉਸ ਮਨੁੱਖ ਨੇ ਗੁਰੂ ਦੁਆਰਾ ਸਿਮਰਨ ਦੀ ਦਾਤ ਪ੍ਰਾਪਤ ਕਰ ਲਈ ਹੈ